ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ। ਸੋ ਦੋਸਤੋ, ਅੱਜ ਪਹੁੰਚਿਆ ਪਿੰਡ ਬੁਰਜ ਨੱਥੂਗੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਬਾਈ ਹੈਪੀ ਦੇ ਕੋਲ ਆਇਆ ਦੋਸਤੋ, ਪਸ਼ੂ ਵਪਾਰ ਦਾ ਕਿੱਤਾ ਹੈ ਬਾਈ ਹੈਪੀ ਦਾ। ਪਸ਼ੂ ਇਸੇ ਤਰ੍ਹਾਂ ਦੋਸਤੋ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਇਸ ਘਰ। ਪਹਿਲਾਂ ਵੀ ਆਪਾਂ ਤੁਹਾਨੂੰ ਚਾਰ ਵਹਿੜਾਂ ਦਿਖਾਈਆਂ ਸੀ ਦੋਸਤੋ, ਅੱਜ ਕੁਝ ਕੁ ਦਿਨ ਪਹਿਲਾਂ, ਅਤੇ ਅੱਜ ਤਕਰੀਬਨ ਤਿੰਨ ਵਹਿੜਾਂ ਤੁਹਾਨੂੰ ਦਿਖਾਉਣੀਆਂ ਨੇ। ਇੱਕ ਮੱਝ ਦਿਖਾਵਾਂਗੇ, ਇੱਕ ਝੋਟੀ ਦਿਖਾਵਾਂਗੇ, ਗੱਭਣ ਝੋਟੀ ਆ, ਤਿਆਰੀ ਵਾਲੀ ਆ। ਤੇ ਜਿਹੜੇ ਪਸ਼ੂ ਦੋਸਤੋ ਵਹਿੜਾਂ ਦੀ ਜੇਕਰ ਗੱਲ ਕਰ ਲਈਏ, ਤੋਕੜ ਗੱਭਣ ਵਹਿੜ ਵੀ ਤੁਹਾਨੂੰ ਇੱਕ ਦਿਖਾਈ ਦਊਗੀ, ਤੇ ਦੋ ਵਹਿੜਾਂ ਜਿਹੜੀਆਂ ਸੱਜਰ ਸੂਈਆਂ, ਠੀਕ ਹੈ ਜੀ। ਇੱਕ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਹੀ ਆ, ਇੱਕ ਨੂੰ ਸਮਾਂ ਵੀਰ ਤੋਂ ਪੁੱਛ ਲਾਂਗੇ ਕਿੰਨਾ ਕੁ ਸਮਾਂ ਬਾਕੀ ਆ, ਕਿੰਨਾ ਕੁ ਸਮਾਂ ਹੋਇਆ ਹਜੇ ਸੂਈ ਨੂੰ। ਸੋ ਚੌਂ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ, ਵੀਡੀਓ ਨੂੰ ਐਂਡ ਤੱਕ ਦੇਖ ਲਿਓ, ਤਾਂ ਜੋ ਪੂਰੀ ਜਾਣਕਾਰੀ ਆ, ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਅੱਜ ਤਰੀਕ ਦੋਸਤੋ 12 ਜੂਨ, ਤੇ ਸਮਾਂ ਕੋਈ ਮਾਰਨਿੰਗ ਦੇ 10 ਕੁ ਵਜੇ ਦਾ। ਬਾਕੀ ਐਨੀਮਲ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ, ਪਸ਼ੂ ਆਲਮੋਸਟ ਸਾਰੇ ਦੁੱਧ ਤੇ ਚੱਲਦੇ ਆ, ਤੇ ਜਿਹੜਾ ਕੋਈ ਪਸ਼ੂ ਗੱਭਣ ਹੋਇਆ ਦੋਸਤੋ, ਚੌਂ ਥਣਾਂ ਦਾ ਤਿਪ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ, ਆਪਣੀ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ। ਜਿਹੜਾ ਕੋਈ ਐਨੀਮਲ ਸੋਇਆ, 2 ਡੰਗ ਚੁੱਕੇ ਚਾਹੇ 3 ਟਾਈਮ ਚੁੱਕੇ, ਆਪਣੀ ਤਸੱਲੀ ਆ, ਉਹ ਜ਼ਰੂਰ ਕ੍ਰਾਈਟੇਰੀਆ ਪੂਰਾ ਕਰ ਲਿਆ ਕਰੋ, ਠੀਕ ਹੈ ਜੀ। ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਬਾਈ ਹੈਪੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਠੀਕ ਠਾਕ ਜੀ? ਐਂ ਵਧੀਆ, ਚੜ੍ਹਦੀ ਕਲਾ ਜੀ। ਠੀਕ ਹੈ ਜੀ। ਅੱਛਾ ਹੈਪੀ, ਅੱਜ ਐਨੀਮਲ ਜਿੱਦਾਂ ਆਪਾਂ ਜ਼ਿਕਰ ਕੀਤਾ, 4 ਵਗਾਊ ਆਪਣੇ ਕੋਲ। 4 ਆ ਜੀ, 3 ਗਾਵਾਂ ਵਾ, 1 ਝੋਟੀ ਆਪਣੇ ਕੋਲ। ਠੀਕ ਹੈ ਜੀ। ਹਾਂਜੀ, ਤੇ ਪਸ਼ੂ ਵੈਸੇ 1 ਹੀ ਝੋਟੀ ਜਿਹੜੀ ਹੈ, ਇਹ ਗੱਭਣ ਹੀ ਆ? ਗੱਭਣ ਗੱਭਣ ਆ ਜੀ, ਬਾਕੀ ਸਾਰੇ ਦੁੱਧ ਤੇ ਚੱਲਣ ਦੇ। ਹਾਂਜੀ, ਦੁੱਧ ਚੱਲਣ ਦੇ। ਠੀਕ ਹੈ ਜੀ। ਲੈ ਵੀ ਹੈਪੀ, ਪਹਿਲੇ ਨੰਬਰ ਤੋਂ ਸ਼ੁਰੂਆਤ ਬੇਸ਼ੱਕ ਇਸੇ ਝੋਟੀ ਤੋਂ ਕਰ ਲੈਣੀ ਹੈ। ਝੋਟੀ ਤੋਂ ਕਰ ਦੇਣੀ ਸਾਹਿਬ। ਠੀਕ ਆ। ਤੇ ਕਿੰਨਵਾਂ ਸੁਬਾ ਸੁਣ ਜਾ ਰਹੀ ਹੈ? ਦੂਜਾ ਸੁਬਾ ਸੁਬਾ ਸਾਡਾ ਝੋਟੀ ਨੇ ਯਾਰ ਕੀ। ਦੂਜਾ ਸੁਬਾ। ਹਾਂਜੀ। ਠੀਕ ਆ, ਸਮਾਂ ਕਿੰਨਾ ਜੀ ਹੋਜੇ? ਇਹ 15 ਦਿਨ ਲੈ ਜੂ ਗਿਣਤੀ ਦੇ, 15 ਤੋਂ 18 ਦਿਨ। ਲਓ ਜੀ, ਆਪਣੇ ਸੱਜਣ ਮਿੱਤਰ ਬੰਦੇ ਤੋਂ ਲਈ ਆ, ਬਹੁਤ ਚੰਗੀ। ਲਓ ਦੋਸਤੋ, ਘੱਟੋ ਘੱਟ 15 ਤੋਂ 18 ਦਿਨ ਐਸਟੀਮੇਟ, 15 ਤੋਂ 20 ਦਿਨ ਦਾ ਐਸਟੀਮੇਟ ਮੰਨ ਕੇ ਤੁਸੀਂ ਸਭ ਵੀ ਕੋਈ 20 ਦਾ ਭਾਵ ਮੰਨ ਲੈ, ਕੋਈ 2-4 ਦਿਨ ਦਰ ਹੋ ਸਕਦਾ ਵਾ। ਠੀਕ ਆ ਜੀ। ਹਾਂਜੀ, ਠੀਕ ਆ ਠੀਕ ਆ। ਇਹ ਹੈ ਦੂਜੇ ਸੂਬੇ ਸੁਣੀ? ਦੂਜੇ ਸੂਬੇ ਸੁਣਾ ਯਾਰ ਕੇ। ਠੀਕ ਆ ਜੀ। ਹਾਂਜੀ, ਬਾਕੀਆਂ ਤਿੱਪਣ ਤੁੱਪਣ ਭਾਰ ਸਾਰੀ ਓਕੇ, ਤਿੱਪਣ ਦੀ ਪਿੱਛੇ ਦੀ ਆਪਣੀ ਗਰੰਟੀ ਹੋਊਗੀ। ਹਾਂਜੀ। ਉਹ ਦੋਸਤੋ ਹਜੇ ਕੱਚੀ ਕੱਚੀ ਆ, ਉਹ ਵੀ 15 ਤੋਂ 20 ਦਿਨ ਹਜੇ ਸਮਾਂ ਲੈਂਦੀ ਆ। ਕਾਗਜ਼ ਤਰਕੀ ਦੇਖ ਲਓ, ਦੁੱਧ ਆ ਵੀ ਚੰਗਾ ਜਿੱਦਾ ਪਹਿਲਾਂ ਨੇ। ਠੀਕ ਹੈ ਜੀ। ਹਾਂਜੀ, ਡੰਗਰ ਸਾਰੇ ਬੰਦੇ ਆਪਣੇ ਚੰਗੇ ਜੀ, ਤਾਂ ਆਪਾਂ ਲਈ ਝੋਟੀ। ਹਾਂਜੀ, ਲਓ ਜੀ। ਸੋ ਭਾਰ ਪਿੱਛੇ ਦੀ ਤੇ ਥਣਾ ਥੁਣਾ ਦੀ ਦੋਸਤੋ, ਬਈ ਹੈਪੀਆਂ ਦਾ ਵੀ ਆਪਣੀ ਤਸੱਲੀ ਆ, ਕਿਉਂਕਿ ਗੱਭਣ ਪਸ਼ੂ ਆ ਤੋਂ ਉੱਪਰੋਂ ਗਰਮੀ ਆ, ਬਹੁਤੇ ਵੀਰਾਂ ਦੇ ਮਨ ਦੇ ਵਿੱਚ ਇਹੋ ਡਾਊਟ ਹੁੰਦਾ ਵੀ ਗੱਭਣ ਪਸ਼ੂ ਆ, ਠੀਕ ਆ। ਤੇ ਤਸੱਲੀ ਆ ਜਿੰਨੀ ਵੀ ਹੋਊਗੀ, ਬਿਲਕੁਲ ਤਿੱਪਣ ਦੀ ਤੇ ਭਾਰ ਪਿੱਛੇ ਦੀ। ਸੋ ਦੂਜਾ ਸੂਆ ਝੋਟੀਆਂ ਸੁਣਾ, ਇੱਕ ਵਾਰੀ ਬਾਹਰ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਂਦੇ ਆ, ਜਾਓ ਕੱਢਿਓ ਹੈਪੀ ਬਾਰੇ ਨੂੰ। ਠੀਕ ਹੈ ਜੀ। ਸੋ ਸਿੰਗੀ ਸੁੰਗੀ ਬੜੀ ਛੋਟੀ ਆ ਦੋਸਤੋ, ਬਿਲਕੁਲ ਛੋਟਾ ਸਿੰਗ ਆ, ਸਿੰਗ ਨੂੰ ਹੱਥ ਹੁੱਥ ਨਹੀਂ ਕੋਈ ਵੀ ਲੱਗਾ ਵੀ ਬਣਿਆ ਬੁਣਿਆ ਨਹੀਂ ਕੋਈ ਸਿੰਗ, ਐ ਕੁਆਲਿਟੀ ਵਾਲੀ ਆ ਦੇ। ਸੋ ਫੇਸਬੁੱਕ ਕੁਆਲਿਟੀ ਬਹੁਤ ਵਧੀਆ, ਇੱਕ ਮੂਰਤ ਵਰਗੀ ਆ ਦੋਸਤੋ, ਫੇਸ ਕੁਆਲਿਟੀ ਤੋਂ ਬਿਲਕੁਲ ਛੋਟਾ ਸਿੰਗ ਆ। ਸਮਝੋ ਅੱਜ ਹੀ ਆਈ ਆ, ਅੱਧਾ ਘੰਟਾ ਆ, ਜੇ ਡਰਦੀ ਥੋੜਾ ਆ। ਠੀਕ ਹੈ ਜੀ। ਹਾਂਜੀ ਦੋਸਤੋ, ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦਿੰਦੇ ਆ, 15 ਤੋਂ 18 ਦਿਨ ਆਈਡੀਆ, 20 ਦਿਨ ਵੀ ਤੁਸੀਂ ਮੰਨ ਲਓਗੇ, ਤੇ ਇੰਨੇ ਦਿਨਾਂ ਦੇ ਵਿੱਚ ਜਿਹੜੀ ਇਹ ਸੂਣ ਦੀ ਤਿਆਰੀ ਹੋਊਗੀ ਇਸ ਝੋਟੀ ਦੀ। ਸੋ ਸਿੰਗਲ ਹੱਡੀ ਦੀ ਆ, ਪਤਲੇ ਪਿੰਡੇ ਦੇ ਵਿੱਚ, ਠੀਕ ਆ। ਫੇਸ ਫੂਸ ਕੁਆਲਿਟੀ ਬੜੀ ਸੋਹਣੀ ਆ, ਬਿਲਕੁਲ ਛੋਟਾ ਜਿਹਾ ਸਿੰਗ ਲੱਗਾ, ਰਿੰਗ ਸਿੰਗ। ਆ ਲਓ ਜੀ, ਠੀਕ ਹੈ ਜੀ, ਮੋੜੋ ਜੀ, ਹਰਪ੍ਰੀਤ ਘੁਮਾ ਲਓ ਕੋਈ।
ਹਾਂ ਲਿਓ ਜੀ ਲੋ ਦੋਸਤੋ ਝੋਟੀ ਚੰਗੀ ਆ ਠੀਕ ਆ ਤੋ ਹਜੇ ਜਿਹੜਾ ਸਮਾਂ ਲੈਂਦੀ ਆ ਕੱਚੀ ਕੱਚੀ ਆ ਉਸ ਤੋਂ 11 ਕਦੋਂ ਦਾ ਪਹਿਲਾਂ ਨੇ ਬਾਜੀ ਬੂਜੀ ਬਹੁਤ ਚੰਗੀ ਹਾਂਜੀ ਆਪਣਾ ਬੰਦਾ ਸੱਜਣ ਉਤੋਂ ਲਈ ਆ ਹਾਂਜੀ ਸੋ ਟਿਲ ਟੂ ਲਗਾ ਫੀ ਬਖਾਲਾ ਦੋਸਤੋ ਸੋਹਣਾ ਤਿਆਰ ਕਰੂਗੀ ਹਰ ਕੋਈ ਸੇਵਾ ਕਰ ਲੂ ਅਜੇ 12 13 ਕਿਲੋ ਦੁੱਧ ਦੇ ਜਾਊਗੀ ਰਮਾਨ ਨਾਲ ਠੀਕ ਆ ਜੀ ਹਾਂਜੀ ਲਵੀ ਆ ਵੀ ਝੋਟੀ ਚਲੋ ਸ਼ਕੀਨ ਆ ਚੰਗੀ ਆ ਤੇ ਮੁੱਲ ਕੀ ਕਰਦੇ ਆ ਮੁੱਲ ਮੁੱਲ ਕਰਨ ਨੂੰ ਭਵਾਂ ਇੱਕ 10 ਕਰ ਲਈ ਇੱਕ 5 ਕਰ ਲਈ ਲੱਖ ਚੋਂ 2000 ਛੱਡ ਦਾਂਗੇ 98 ਦੀ ਹਾਂਜੀ 98 ਦੀ ਵਾਜਦਾ ਮਾਨ ਤਨ ਕਰਾਂਗੇ ਹੋਰ ਕਰ ਦਈਏ ਯਾਰ ਕਰ ਦਈਏ ਪੂਰੇ 95000 ਦੀ ਜੋੜੀ ਸੋਧ ਦੇ ਦਾਂਗੇ ਐਦਾਂ ਰੇਟ ਆਏ ਉਹਨੂੰ ਸੂਸ ਵਾਗੇ ਵੇਚੀਏ ਫਿਰ ਹੋਰ ਹਿਸਾਬ ਦਾ ਹੋਊਗਾ ਹਾਂਜੀ ਲੋਲ ਦੋਸਤੋ 95000 ਦੀ 31 ਸਾਰੀ ਸਾਫ ਸੁਥਰੀ ਆ ਹਾਂਜੀ 95000 ਦੀ ਦੋਸਤੋ ਅੱਜ ਮਿਲ ਜੂਗੀ ਤੁਹਾਨੂੰ ਠੀਕ ਆ ਉਹ ਵੀ 15 ਕੁ ਦਿਨ ਹਜੇ ਜਿਹੜਾ ਸਮਾਂ ਲੈਂਦੀ ਕਰਕੇ ਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਕੋਈ ਵੀਰ ਅੱਗੇ ਵੇਚਣ ਵਾਸਤੇ ਵੀ ਲੈ ਜਾਂਦੇ ਨੇ ਸਾਰੀ ਕਵਾਲ ਦੇ ਵਿੱਚ ਚਮੜੀ ਚਮੜੀ ਵੇਖੋ ਦੁੱਧ ਆਈ ਝੋਟੀ ਆ ਐ ਕਾਗਜ਼ ਤਰੀ ਜਮਦੀ ਦੇ ਲੋ ਲੋ ਹਾਂਜੀ ਲੋ ਜੀ ਹੈ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤੋਂ ਥੰਨਲੇ ਬਾਅਦ ਦੋਸਤੋ ਸੋਹਣਾ ਤਿਆਰ ਕਰੂਗੀ ਬਾਕੀ ਨਾਰਮਲ ਜਿਹਾ ਲਾਏ ਪਈ ਆ ਤੇ ਦਿਨਾਂ ਦੇ ਹਿਸਾਬ ਨਾਲ ਕਰਮ ਵਾਲੀ ਪੂਰੀ ਹਾਂਜੀ ਢੁੱਕ ਕੇ ਤਿਆਰ ਹੋਊਗੀ ਵੀ ਕੋਈ ਵੇਚਣ ਵਾਲਾ ਵੀ ਖੜੇ ਉਹ ਵੀ ਕਮਾਈ ਕਰ ਸਕਦਾ ਬਿਲਕੁਲ ਪੱਠੇ ਪਾ ਕੇ ਬਿਲਕੁਲ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਹੈਪੀ ਅੱਗੇ ਆਪਣੇ ਕੋਲ ਸੈਕੰਡ ਨੰਬਰ ਤੇ ਆ ਜਿਹੜੀ ਬੈਠ ਖੜੀ ਇਹ ਸੰਧੂ ਸਾਹਿਬ ਦੂਜਾ ਸੂਗਾ ਸੂਈ ਆ ਦੂਜਾ ਸੂਗਾ ਸੂਈ ਆ ਤੀਜਾ ਦਿਨਾ ਸੂਈ ਨੂੰ ਮਗਰ ਵਛੀ ਆ ਲਓ ਜੀ ਮਗਰ ਬੱਚਾ ਵਛੀ ਏ ਹਾਂਜੀ ਤੇ ਠੰਡੀ ਤਰੀ ਦੇ ਬਹੁਤ ਜ਼ਿਆਦਾ ਕਰਮ ਵਾਲੀ ਵੇਚ ਲਓ ਸੂਗਾ ਦੂਜਾ ਹੈ ਦੂਜਾ ਸੂਗਾ ਹਾਂਜੀ ਕਿੰਨਾ ਕੁ ਦਿਨਾਂ ਦੀ ਸੂਈ ਆ ਹਾਂਜੀ ਤੀਜਾ ਦਿਨ ਅੱਜ ਤੀਜਾ ਦਿਨ ਹਾਂਜੀ ਬੋਲਾ ਕਿੰਨਾ ਕੁ ਹੋਊਗਾ ਫਿਰ ਬੋਲਾ 8 ਤੋਂ 8 ਹੋ ਜੇ 9 ਜੇ ਇੰਨਾ ਕੀ ਆ ਠੀਕ ਹੈ ਜੀ ਹਾਂਜੀ ਆ ਵਸ਼ੀ ਆ ਉਹ ਜੀ 8 9 ਕਿਲੋ ਬੋਲਾ ਹੋ ਜੇ ਵਸ਼ੀ ਵੇ ਲੋ ਕਿੱਡੀ ਟੌਪ ਦੀ ਆ ਗੁਰੂ ਵਸ਼ੀ ਦੇ ਨਾਲ ਜੇ ਪੂਰੀ ਟੌਪ ਦੀ ਮਗਰ ਵਸ਼ੀ ਆ ਚੰਗੇ ਸੀਮਨ ਦੀ ਆ ਵਸ਼ੀ ਵੇ ਲੋ ਕਿੱਡੀ ਕੋਈ ਵੀਰ ਸਾਹਮਣੇ ਵਾਲਾ ਲੈ ਗਿਆ ਦੇ ਹਾਂਜੀ ਸੋ ਮਗਰ ਯਾ ਤੂੰ ਕੋਣਾ ਚੰਗਾ ਹੀ ਭਰਾਇਆ ਨਾ ਸੋ ਬੁਲਬੁਲ ਦਾ ਬੱਚਾ ਹੀ ਆ ਮਗਰ ਹਾਂਜੀ ਸੋ ਚੰਗੀ ਸਪੈਸ਼ਲ ਮਗਰ ਵਸ਼ੀ ਆ ਤੇ ਹੈਪੀ ਚੋਣ ਚਣ ਕਿਦਾਂ ਫਿਰ ਬਹੁਤ ਹੀ ਜ਼ਿਆਦਾ ਚੋਣ ਚੰਗੀ ਆ ਦੇ ਹਾਂਜੀ ਚੋਣ ਦਾ ਨਹੀਂ ਡੰਗਰ ਆਪਾਂ ਮਾੜਾ ਦੇਣਾ ਠੀਕ ਹੈ ਜੀ ਹਾਂਜੀ ਤਾਂ ਤੁਸੀਂ ਆਪੀ ਥੋੜਾ ਦੱਸ ਰਹੇ ਸੀ ਮਾੜਾ ਮੋੜ ਕੋਈ ਜੇਰ ਦਾ ਕਰ ਸਮਝ ਰਹੇ ਆ ਨਾ ਟੋਟਾ ਜੇਰ ਦਾ ਰਹਿ ਜਾ ਮਾੜਾ ਮੋੜ ਜਾ ਹਾਂਜੀ ਪਰ ਟ੍ਰੀਟਮੈਂਟ ਆਪਾਂ ਸਾਰਾ ਕਰਾਤਾ ਇਹਨੂੰ ਠੀਕ ਹੈ ਹਾਂਜੀ ਐ ਸਾਫ ਸੁਫ ਐ ਸਾਫ ਹੋ ਗਈ ਸਾਰੇ ਉਹ ਵੀ ਦੱਸਿਆ ਚੰਗਾ ਹੁੰਦਾ ਵਾ ਉਹ ਕਹਿੰਦੇ ਬਹਿਣ ਬੂਣ ਲੱਗੀ ਪੈਰ ਪੂਰ ਥਲੇ ਮਾੜਾ ਮੋਜਾ ਟੁੱਟ ਗਿਆ ਏ ਬਾਕੀ ਸਾਰੀ ਜੇਰ ਪਾਈ ਆ ਚਲੋ ਹੋ ਜਾਂਦਾ ਕਦੇ ਹਾਂਜੀ ਹਾਂਜੀ ਲਓ ਦੋਸਤੋ ਹੁਣ 9 ਕੁ ਕਿਲੋ ਬੋਲਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਹੈ ਜੀ ਬਾਕੀ ਸੀਲ ਸਾਹਿਬ ਦੇ ਬਹੁਤ ਜ਼ਿਆਦਾ ਜਾਰੀ ਦੇਖ ਲਓ ਲਓ ਜੀ ਲਓ ਇਧਰ ਹੀ ਲਓ ਉਹ ਇਦਾਂ ਹੀ ਦੇਖਦੇ ਰਹੋ ਸੁਣਨੇ ਠੰਡੀ ਤੇਰੀ ਬਹੁਤ ਆ ਹਾਂਜੀ ਲੈ ਵੀ ਆਪੀ ਕੱਢਦਾ ਵੀਰ ਬਾਰੇ ਨੂੰ ਵੀ ਦੂਜਾ ਸੂਆ ਦੋਸਤੋ ਮਗਰ ਵੱਛੀ 8 9 ਕਿਲੋ ਬੌਲੇ ਤੇ ਚੱਲ ਰਹੀ ਆ 3 ਕ ਦਿਨਾਂ ਦੀ ਸੂਈ ਆ ਸਾਰਾ ਅਜੇ ਸਮਾਂ 3 ਕ ਦਿਨਾਂ ਦਾ ਹੋਇਆ ਤੀਜਾ ਦਾ ਹੁੰਦਾ ਮਗਰ ਵੱਛੀ ਆ ਠੀਕ ਹੈ ਜੀ ਆ ਬੱਚਾ ਮਗਰ ਵੱਛੀ ਬਹੁਤ ਸੋਹਣੀ ਪਾਈ ਆ ਕਰਮ ਵਾਲੀ ਨੇ ਤੇ ਹਾਈਟ ਇਸ ਵੈਟ ਦੀ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ ਮੀਡੀਅਮ ਹਾਈਟ ਦੇ ਵਿੱਚ ਸੋ ਥਣ ਦੇਵੇ ਦੀ ਸਾਫ ਸੁਥਰੀ ਆ ਥਣ ਵੀ ਪੂਰਾ ਹੱਥੀ ਚੋਈ ਵਾਲਾ ਸਮਝੋ ਦੁੱਧ ਜ਼ਿਆਦਾ ਨਹੀਂ 12 13 ਕਿਲੋ ਦੇ ਜਾਊਗੀ ਠੀਕ ਹੈ ਜੀ ਹਾਂਜੀ 12 13 ਕਿਲੋ ਦੁੱਧ ਤੋਂ ਨਹੀਂ ਮਰਦੀ ਹੂੰ ਬਾਈ ਕੋਈ ਵੀਰ ਵੱਧ ਸੇਵਾ ਵਾਲਾਗਾ ਵੱਧ ਵੀ ਚੋ ਸਕਦਾ ਵਾ ਹੂੰ ਬਾਕੀ ਠੰਡੀ ਤੇਰੀ ਉਹਦੇ ਨਾਲ ਜਿੱਦਾਂ ਮਰਦੀ ਬਿਠੋ ਕਰ ਮੈਂ ਥਾਂ ਤੁਮ ਹੋ ਕਿਦਾਂ ਲੱਗਾ ਉਹਦਾ ਪਤਾ ਰਾ ਮਾਰੀਆਂ ਤੇ ਪਸਮਾਸ ਉੱਟਾ ਹੀ ਹੋ ਲਓ ਵੇ ਸੋ ਸੂਈ ਸਵਾਈ ਬੈਠਾ ਦੋਸਤੋ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਮਗਰ ਵੱਛੀ ਆ
ਮੂੰਹ ਮੱਥੇ ਦੀ ਚੰਗੀ ਆ, ਠੀਕ ਆ ਜੀ, ਬਿਲਕੁਲ ਭੋਡੀ ਆ ਸਿਰੋਂ, ਛੋਟੇ ਛੋਟੇ ਕੰਨ ਆ ਦੋਸਤ, ਠੀਕ ਆ ਜੀ, ਬੋਦੀ ਵਾਲੀ ਬੈਡ, ਸਮਝੋ ਜਾਤ ਪਾਤ ਵਾਲੀ ਆ, ਜਰਸੀ ਦਾ ਕ੍ਰੋਸ ਦਾ ਵਿੱਚ ਇਹਦੇ ਕੋਲ ਠੀਕ ਆ। ਤੇ ਹੈਪੀ ਭਰਾ ਕੀ ਮੰਗ, ਕੀ ਮੁੱਲ ਕਰਨੂੰ 45 ਕਰ ਲਈਏ, 42 ਕਰ ਲਈਏ, 40 ਆ ਚੋ 2000 ਛੱਡ ਦੇ, 40 ਚੋ ਹਾਂਜੀ 30000 ਦੀ ਵੈਟ ਦੇ ਦਾਂਗੇ, 30 ਦੀ ਹਾਂਜੀ, ਲੈ ਆਏ ਦਾ ਬਾਕੀ ਮੌਕਾ ਥੋੜਾ ਬੜਾ ਮਾਨਤਾ ਨਾ ਹੋਊਗਾ, ਚਲੋ ਹੋਰ ਵੀ 19 ਕੀ ਕਰਦੀ ਵਿੱਚੋਂ ਹੋ ਸਕਦਾ, ਹਾਂਜੀ ਹਾਂਜੀ ਕੋਈ ਸ਼ੋਰ ਸ਼ੱਪਾ ਕਰ ਦਾਂਗੇ ਵੀਰ, ਰਾਜ ਨਹੀਂ ਕਰਦੇ ਆਪਾਂ, 30000 ਦੀ ਵੈਟ ਮਿਲ ਜੂਗੀ ਤੁਹਾਨੂੰ, ਮਗਰ ਬੱਚੀ ਆ, ਫੀਮੇਲ ਕਾਫ ਆ ਇਸ ਵੈਟ ਦੇ, ਸੋ ਬੱਚਾ ਵੀ ਤੁਹਾਨੂੰ ਦਿਖਾਇਆ, ਬਹੁਤ ਸੋਹਣੀ ਬੱਚੀ ਪਾਈ ਆ, ਨਸਲ ਬਰੀਡ ਦੇ ਵਿੱਚ ਮਗਰ ਬੱਚੀ ਆ। ਇਸ ਤੋਂ ਬਾਅਦ ਇੱਕ ਹੋਰ ਵੈਟ ਤੁਹਾਨੂੰ ਦਿਖਾ ਦਿੰਦੇ ਆ, ਵਾਈਟ ਰੰਗ ਦੇ ਵਿੱਚ ਆ, ਬਲੈਕ ਡੱਬ ਆ, HF ਕ੍ਰੋਸ ਰੰਗ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੇ, ਬਾਕੀ ਕੱਦ ਵੱਡਾ ਇਸ ਬੈਟ ਦਾ, ਚਲੋ ਕੱਦ ਵੱਡਾ, ਦੁੱਧ ਵੀ ਚੰਗਾ ਵੈਟ ਕੋਲ, ਬਾਕੀ ਭਾਂਡਾ ਵੇਖੋ ਤੁਸੀਂ, ਸੋਹਣਾ ਭਾਂਡਾ, ਬਾਕੀ ਠੰਡੀ ਚੀਰੀ ਵੀ ਬਹੁਤ ਕਰਮ ਵਾਲੀ ਤੇਰੇ ਹਾਲ ਵੇਖ ਲਓ, ਸੋ ਸੀਲ ਸਲਾਗਾ ਦੋਸਤੋ, ਠੰਡੀ ਤੇਰੀ ਆ, ਕਿਸੇ ਵੀਰ ਨੇ ਵੰਗਾ ਪਾਉਣਾ, ਰੱਸੀ ਪਾਉਣੀ ਆ, ਰੱਸੀ ਪਾਉਣ ਦੀ ਲੋੜ ਨਹੀਂ, ਕਿਸੇ ਵੀਰ ਦੀ ਖੁਸ਼ੀ ਆ, ਤੁਮਾਂ ਦੋਵੇਂ ਸਾਈਡ ਬਹਿ ਕੇ ਚੋਈ ਜਾਓ, ਲਓ ਤੁਮਾਂ ਮਗਰੋਂ ਹੀ ਬਹਿ ਜਾਓ, ਭਾਜੀ ਮਾਜੀ ਬੜੇ ਫਿਰੋ, ਲਓ ਆਪਣੇ ਘਰੇ ਕੋਈ 2 ਟਾਈਮ 3 ਟਾਈਮ 18 ਕਿਲੋ ਹਾਂਜੀ, ਚਵਾ ਕੇ ਦੇਵਾਂਗੇ, ਨੈਟ ਚਵਾ ਕੇ, ਮੈਂ ਕਹਿੰਦਾ ਵੀ ਚਵਾ ਕੇ ਦੇਵਾਂਗੇ, ਆਪਾਂ ਕਹਿਣ ਲਾਉਣੇ ਚਵਾ ਕੇ ਦੇਵਾਂਗੇ, ਬਾਕੀ ਸਾਊਥ ਇੰਨੀ ਕਰਮ ਵਾਲੀ ਭਾਂ ਫਿਰ ਬੈਠੇ ਰਹੋ, ਗੱਲ ਬਾਤ ਹੀ ਨੀ ਕੋਈ, ਮੈਂ ਕਹਿੰਦਾ ਪੂਰਾ ਦੇ ਦੋਸਤੋ, ਠੀਕ ਆ ਜੀ, ਬਾਹਰ ਕੱਢ ਕੇ ਲਿਆਓ ਜੀ, ਮਾੜਾ ਪੱਕੇ ਥਾਂ ਦਾ ਕਰਦੀ ਆ, 2-4 ਦਿਨ ਕੱਚੇ ਕੁੱਚੇ ਥਾਂ ਵੱਜ ਨਾ, ਐਂ ਸੈੱਟ ਹੋ ਜੂਗੀ, ਪੱਕੀ ਨਾ ਜਗ੍ਹਾ ਸਾਰੀ ਪੱਕਾ ਪੱਕਾ ਹੀ ਆ, ਥੋੜਾ ਕੱਚੇ ਥਾਂ ਤੇ ਚਾਹੀਦਾ, ਹਾਂਜੀ ਹਾਂਜੀ ਲਿਆਓ ਜੀ, ਕੱਚੇ ਸਾਹ ਦੇ ਗੋਲੀ ਵਾਂਗੂ ਤੁਰਦੀ ਆ, ਵੇਖੋ ਲਓ ਜੀ, ਥੋੜਾ ਜ਼ਿਆਦਾ ਦੇਰ ਮੈਨੂੰ ਤਾਂ ਸਮਾਂ ਪੱਕੇ ਥਾਂ ਤੇ ਬੱਜੀਆਂ ਪੱਕੇ ਥਾਂ ਤੇ ਰਹੀ ਆ, ਇੱਕੇ ਥਾਂ ਰਹੀ ਬੱਜੀ ਏ, ਬਿਲਕੁਲ ਬਿਲਕੁਲ ਹਾਂਜੀ, ਲਓ ਦੋਸਤੋ ਪੱਕੇ ਥਾਂ ਤੇ ਕਰਕੇ ਥੋੜਾ ਜਿਹਾ ਐਨੀਮਲ ਕਈ ਵਾਰ ਦਬਾਉਂਦਾ ਜਾ ਵੀ ਆ ਪੈਰ ਜਾ, ਬਾਕੀ ਉਹ ਕੋਈ ਗੱਲਬਾਤ ਨਹੀਂ, ਲਓ ਠੀਕ ਹੈ, 18 ਕਿਲੋ ਦੁੱਧ ਤੇ ਮਗਰ ਬੱਚਾ ਮੇਲ ਕਾਫ, 15 ਦਿਨਾਂ ਦੀ ਸੂਈ, ਇੱਕ ਵਾਰ ਫਿਰ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਕਨਫਰਮ ਕਰਾ ਦਿੰਦੇ ਹਾਂ, ਸੋ ਥਣ ਥੁਣ ਪੂਰਾ ਹੱਥੀ ਚਵਾਈ ਦਾ ਮੁੱਠੀ ਥਣ, ਵੇਖੋ ਹਾਂ ਜੀ, ਸੀਲ ਵਾਲੀ ਪੱਥਲੋਂ ਹੀ ਲੰਘ ਜੋ, ਲਓ ਇਦਾਂ ਦੀ ਕੁਆਲਿਟੀ ਆ, ਫਿਰ ਲੰਘ, ਹਾਂ ਲੰਘ ਜਾ ਫਿਰ, ਲਓ ਲੈ ਕੁਆਲਿਟੀ ਵਾਲੀ ਚੀਜ਼ ਲੈਣੀ ਆ, ਠੀਕ ਆ, ਭੈਣ ਭਾਵੇਂ ਜਵਾਕ ਚੋਲੇ ਆ, ਹਾਂ ਲੈ ਹੈਪੀ ਮੋੜ ਲਿਆ ਭਰਾ, ਇਦਾਂ ਦੀ ਉਹਦਾ ਵੀ ਭਾਵੇਂ ਬੰਦਾ ਥੱਲੇ ਵੜਿਆ, ਸ਼ਰਮ ਮਾਰੂ ਸੀਲ ਸਲਾਗਾ, ਫੇਸਬੁੱਕ ਕੁਆਲਿਟੀ ਇੱਕ ਵਾਰੀ ਤੁਸੀਂ ਨੇੜੇ ਤੋਂ ਦੇਖ ਲਓ।
ਬਾਕੀ ਦੋ ਚਾਰ ਦਿਨ ਕੱਚੇ ਸਾਰ ਆ ਗਏ ਨੇ ਕਦੇ ਸੈਟ ਵੀ ਵੇਖ ਲਓ, ਕੋਈ ਦਿੱਕਤ ਨੀ ਹੋਣਾ, ਰਸਤਾ ਛੱਡਿਆ ਆਪਾਂ ਜਿੱਦਾਂ ਮਰਜ਼ੀ ਬੈਠੇ ਰਹੋ ਥੱਲੇ, ਇਹੋ ਚੀਜ਼ ਨੀ ਗਾ ਵੀ ਲਓ 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 ਜੀ ਜਿੱਥੇ ਮਰਜ਼ੀ ਬਹਿ ਕੇ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਡਾਕੇ ਚੋਲੋ ਇਹਨੂੰ ਕਰਮ ਵਾਲੇ, ਠੀਕ ਆ ਜੀ ਕਮਾਓ ਬਾਈ ਹੈਪੀ। ਸੋ ਸੀਲ ਸਵਾਗ ਪਸ਼ੂ ਦਾ ਦੋਸਤੋ ਬੜਾ ਵਾਧਾ ਵਾ, ਠੀਕ ਆ ਜੀ, ਕਿਸੇ ਲੇਡੀ ਨੇ ਜਵਾਈ ਕਰਨੀ ਆ, ਕਿਸੇ ਭਰਾ ਨੇ ਕਰਨੀ ਆ, ਬੱਚਾ ਬਹਿ ਕੇ ਬਾਬਾ ਜੰਮਦਾ ਜਵਾਕ ਚੋਲੇ ਦੇ ਕੋਈ ਨੀ। ਆ ਦੇਖੋ ਲਓ ਜੀ, ਠੀਕ ਆ, ਸਵਾਰ ਚੰਗੀ ਆ ਦੋਸਤੋ, ਕੱਦ ਸੋਹਣਾ, ਬਾਕੀ ਦੁੱਧ ਵੀ ਤੁਹਾਨੂੰ ਦੱਸ ਦਿੱਤਾ ਵੀ ਦੁੱਧ ਵੀ ਚੰਗਾ ਚੱਲ ਰਿਹਾ ਹੋਣਾ ਇਹਦੇ ਥੱਲੇ, ਕੋਈ ਸੇਵਾ ਕਰੂਗਾ ਦੁੱਧ ਵਧਾ ਵੀ ਸਕਦੇ ਜੇ ਕਿਉਂਕਿ ਸੱਜਰ ਸੂਈ ਆ। ਤੇ ਹੈਪੀ ਕੀ ਮੁੱਲ ਕਰ ਦੇਂਦਾ ਬਈ? ਸਾਨੂੰ ਸਾ ਮੁੱਲ ਮਾਲ ਕੋਈ ਨਹੀਂ ਕਰਨਾ, 60,000 ਚੋਂ ਮਾਨ ਤਾਨ ਕਰਦਾ, 5,000 ਰੁਪਇਆ ਜੀ 55 ਦੀ, ਹਾਂਜੀ 55 ਦੇ ਵੀ ਦੋ ਛੱਡ ਦਿਆਂਗੇ, 53 52 ਦੀ ਦੇ ਦਿਆਂਗੇ, ਯੈਸ ਨੋ ਜੀ, ਪੂਰੇ 50 ਦੀ ਫਿਰ 200 ਰੁਪਇਆ ਛੋਟ ਕਰਾਂਗੇ। ਲਓ ਜੀ ਕਰੋ, 50,000 ਚੋਂ 50,000 ਦੇ ਵਿੱਚੋਂ 200 ਰੁਪਇਆ ਛੋਟ, ਕੋਈ ਵੀ ਰੇ ਨਾ ਕਵੇ ਇੰਨੇ ਲੈ ਲੈ ਇੰਨਾ ਪਾ ਸਾਰੀਆਂ ਛੋਟਾ ਕਰਕੇ ਦੱਸਤਾ ਵੀ 50,000 ਚੋਂ 200 ਦੀ ਨੋਟ ਛੋਟ ਹੀ ਹੋਣੀ। ਲਓ ਜੀ 200 ਛੋਟ ਹੀ ਹੋਣੀ 50,000 ਦੇ ਵਿੱਚੋਂ। ਸੋ ਵੈਰ ਤੁਸੀਂ ਦੋਸਤੋ ਦੇਖ ਲਈ ਆ, ਬਾਕੀ ਗਰਮੀ ਕਰਕੇ ਆ ਸਿਆਲ, 70,000 ਦੀ ਵੈਰ ਵੀ ਤਰ ਦੀ ਵੇਚਿੰਗ ਆਪਾਂ, ਕੋਈ ਸ਼ੱਕ ਨਹੀਂ ਗਾ ਜੀ। ਹਾਂਜੀ ਲੈ ਵੀ ਅੱਗੇ ਗਿਆ, ਆ ਗਈ ਤੋਕੜ ਗੱਬਣ, ਇਸ ਲਈ ਦਾ ਦੂਜਾ ਸੂਆ ਸੂਣੀ ਜੋ ਗਾਰੀ, ਕਿੰਨੇ ਮਹੀਨੇ ਦੀ ਗੱਬਣ? ਇਹ 4.5 ਤੋਂ 5 ਮਹੀਨਿਆਂ ਦੇ ਵਿੱਚ ਚੈੱਕ ਪਾਸ ਆਪਾਂ ਸਵੇਰੇ ਕਰਵਾਈ, ਅੱਜ ਹੀ ਆਪਣੇ ਦਵਾਈ ਆ, ਚੈੱਕ ਪਾਸ ਚੈੱਕ ਆਪਾਂ ਕਰਵਾਈ, ਆਪ ਦਾ ਕੋਈ ਵੀਰ ਦਾ ਫੇਰ ਕਰਵਾ ਲਈ। ਦੁੱਧ ਕਿੰਨਾ? ਦੁੱਧ 5 ਕਿਲੋ ਹੋਊਗਾ, 6 ਆਪਾਂ 5 ਕਹਿ ਕੇ ਦੇਣੀ ਆ। ਅੱਛਾ ਹੋਊਗਾ 6 ਕਿਲੋ, ਹੋਊ 6 ਕਿਲੋ, ਜਿਹੜਾ 5 ਕਿਲੋ ਕਹਿ ਕੇ ਦੇਣੀ ਆ, 4.5-5 ਮਹੀਨੇ ਦੀ ਗੱਪਣ। ਮੈਂ ਕਹਿੰਦਾ 4.5 ਨੂੰ ਬਾਹਰ ਦੇ, 5 ਨੂੰ ਅੰਦਰ, ਤੇ ਮੁੱਲ ਆਪਾਂ ਕਿੰਨੇ ਕੁ ਦੀ ਦੇ, ਕਿੰਨੇ ਕੁ ਦੀ ਦੇਣੀ ਆ? ਇਹ ਬਿਲਕੁਲ ਜਾਇਜ਼, ਹਾਂ ਨਾ 5,000 ਦੀ ਦੇਣੀ ਆ, 5,000 ਦੀ, 25,000 ਦੀ ਦੇਣੀ ਆ। ਲਓ ਵੀ 5,000 ਦੀ ਦੋਸਤੋ ਮਿਲ ਜੂਗੀ ਤੋਕੜ ਗੱਪਣਾ, ਖੋਲ ਕੇ ਤੋੜ ਕੇ ਦਿਖਾਉਣੇ ਆ, ਦੂਜੇ ਸੂਬੇ ਲਈ ਗੱਪਣਾ। ਇਹ ਪੂਰੀ ਵੱਡੀ, ਇਹ ਵੀ ਓਡੀ ਆ, ਜੋ ਤੇ ਪਹਿਲਾਂ ਨੇ 14-15 ਕਿਲੋ ਭਰਿਆ ਨੇ, ਮੈਂ ਕਰਾਉਂਸ ਆ ਥੋੜੀ ਜੀ, ਠੀਕ ਆ ਜੀ, ਵੇਖ ਲਓ। ਲਓ ਜੀ ਸੋਹਣੀ ਫੇਸ ਕੁਆਲਿਟੀ, ਹਾਂਜੀ ਹਾਂਜੀ, ਕਰਾਉਂਸ ਅੰਗ ਦੇ ਵਿੱਚ ਕਰਾਉਂਸ ਅੰਗ ਆ, ਤੇ ਪਹਿਲਾ ਸੂਆ ਹੁਣ ਚੱਲ ਰਿਹਾ 5 ਕਿਲੋ ਦੁੱਧ ਦਾ, ਵੈਸੇ ਮੁੱਲ ਆਪਾਂ ਕੀ ਤਾਂ ਜਿਹੜਾ ਦਾ ਲੈ ਹੀ ਲੈਣਾ, 25 ਦਾ ਛੋੜ ਹੀ ਹੋਣੀ ਆ, ਠੀਕ ਆ ਜੀ, ਤੋਂ 25,000 ਲੈਣ ਦੇਣਾ, ਠੀਕ ਆ ਜੀ, 25,000 ਦੇ ਵਿੱਚ ਤੁਹਾਨੂੰ ਮੁੱਲ ਕਰਾਉਣ ਨੂੰ 28 ਕਰਾ ਲਓ, 30 ਕਰਾ ਲਓ, 35 ਕਰਾ ਲਓ, 25,000 ਚ 200 ਰੁਪਇਆ ਛੋੜ ਹੋਣੀ ਆ, ਠੀਕ ਆ ਜੀ। ਸੰਦੋ ਤਿਆਰ ਹੈ ਵਸ਼ੀ ਫਿਰ 45-50,000 ਦੀ ਆ। ਆ ਬਿਲਕੁਲ ਜੀ ਬਿਲਕੁਲ। ਲਓ ਦੋਸਤੋ ਤੋਕੜ ਗੱਬਣ ਇਹ ਨਾਗਾ, ਤੇ ਬਾਕੀ ਪੂਰੀ ਤੁਹਾਨੂੰ ਮਿਲ ਗਈ ਆ ਵਸ਼ੀ, ਦੂਜਾ ਸੂਬੇ ਦੀ ਗੱਬਣਾ 4.5-6 ਮਹੀਨਿਆਂ ਦੀ, 4.5-5 ਦੀ ਕੋਈ ਲਾਲੇ ਵੀਰ, ਅੱਜ ਹੀ ਕਰਾਈ ਤੁਸੀਂ? ਅੱਜ ਆਪਣੇ ਹਿਸਾਬ ਅੱਜ ਕਰਾਈ, ਆਪਣੇ ਹੱਥੀ ਕਰਵਾਈ, ਹਾਂਜੀ ਠੀਕ ਆ, ਆਪਦਾ ਕੋਈ ਵੀਰ ਫੇਰ ਲਾ ਵੇ ਚੈੱਕ ਕਰਾ, ਆਪਾਂ ਨੂੰ ਕੋਈ ਦਿੱਕਤ ਨਹੀਂ, ਠੀਕ ਆ ਜੀ, ਹਾਂਜੀ। ਲਓ ਵੀ ਦੋਸਤੋ 4.5-5 ਦੀ ਗੱਬਣਾ, 5 ਕਿਲੋ ਦੁੱਧ, ਚੰਗੀ ਵਧੀਆ ਚਾਹ ਪਾਣੀ ਦਾ ਕੰਮ ਜਿਹੜਾ ਦੋਸਤੋ ਚਲਾਈ ਜਾਣਾ ਇਹਨੇ ਕਰਮਾਂ ਲਈ, ਥਾਣ ਥੁਣ ਪੂਰਾ ਹੱਥੀ ਚਾਹ ਦੇ ਬੋਲਾ ਪਸਮਾ ਕੇ ਬਣਾ ਜਾਂਦੀ ਹੈ, ਤੇ ਅੱਜ ਅਸੀਂ ਚੋਗੇ ਲਿਆਂਦੀ ਆ, ਇਹਦੇ ਝੋਟੀ ਅੱਜ ਹੀ ਆਈਆਂ ਵਾ, ਆ ਠੀਕ ਹੈ, ਹਾਂਜੀ। ਵੈਰ ਕੱਦ ਕੁੱਦ ਵੀ ਚੰਗਾ ਬੈਠਦਾ, ਪੂਰੀ ਵੈੜ ਆ ਗਏ, ਕਰਾਉਸ ਪਾਣਾ ਦੋ ਦੈਰ ਕੀ ਵੀ 15-16 ਕਿਲੋ ਦੀ ਮਰਦੀ ਤਿਆਰ ਹੋਈ, ਠੀਕ ਹੈ ਜੀ, ਹਾਂਜੀ, ਨਾ ਨੂੰ ਗਰਮੀ ਨਾਲ ਨਾ ਠੰਡ ਨਾਲ। ਲਓ ਵੀ ਦੋਸਤੋ ਠੀਕ ਆ, ਕਿਸੇ ਤਰ੍ਹਾਂ ਦੇ ਕੋਈ ਗਰਮੀ ਦਾ ਜਾਂ ਠੰਡ ਦਾ ਵੀਰਾਂ ਦਾ ਵੀ ਕੋਈ ਚੱਕਰ ਨਹੀਂਗਾ, ਥਾਣ ਜਿਹੜਾ ਪਸਮਨ ਤੋਂ ਬਾਅਦ ਹੋਰ ਵੀ ਨਿਕਲ ਕੇ ਸਾਹਮਣੇ ਆ ਜਾਂਦਾ ਵੈਸੇ, ਹਾਂਜੀ, ਹੱਥੀ ਚਵਾਈ ਇਹਨੂੰ, ਥੱਲੇ ਥੱਲੇ ਸੰਦੂ ਥੱਲੇ ਵੰਗਾ ਪਾਈ ਜਾ, ਥੱਲੇ ਵੰਗਾ ਪਾ ਕੇ ਪਹਾੜਾ ਪਾ ਲਓ ਜੋ ਮਰਜ਼ੀ ਪਾ ਲਓ, ਠੀਕ ਹੈ ਜੀ, ਹਾਂਜੀ। ਲਓ ਵੀ 25,000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ, 25,000 ਦੇ ਵਿੱਚੋਂ ਕੋਈ ਮਾਨਤਨ ਹੋ ਜੂਗਾ, ਸ਼ੋਰ 500 ਰੁਪਇਆ ਕਰ ਦਾਂਗੇ, 24.5 ਜਿਹਦਾ ਇਹਾਨ ਆ ਜਿਹੜੀ, ਠੀਕ ਹੈ, ਹਾਂਜੀ। ਲਓ ਵੀ 24.5 ਦੀ ਜੈਸਨ ਹੋ ਜੂਗੀ ਦੋਸਤੋ, ਪੂਰੀਆਂ ਕਸਰਾ ਕੁਸਰਾ ਕੱਢਤੀਆਂ ਨੇ ਆਪਦੇ ਵੱਲੋਂ ਬਾਈ ਹੈਪੀ ਨੇ, ਆਪਾਂ ਇਹਦਾ ਫੜ ਲਓ ਦਾ ਮੁੱਲ ਕੀ ਤਾਂ ਫੇਰ ਲਿਆਉਣ ਵਾਲੇ ਬਣਾਂਗੇ ਜੇ, ਆਹਾਂ।
ਤੇ ਬਾਕੀ ਇੱਕ ਆਪਣੇ ਇੱਕ ਛੋਟਾ ਸੀ ਵੀ ਹੈਗਾ ਜੋ। ਅੱਛਾ ਹਾਂਜੀ, ਉਹ ਵੀ ਸੇਲ ਕਰਦੇ? ਉਹ ਵੀ ਸੇਲ ਆ, ਦੂਜਾ ਵੀਰ ਗਿਆ ਗੇੜਾ ਲਾਉਣਾ ਤੇ ਐ ਓਕੇ ਆ, 12 ਮਾਰ ਲਿਆ ਤੇ 13 ਦੀ ਆਰਸੀ ਆ ਵੀ 12 ਮਹੀਨੇ ਦੇ ਬਾਅਦ ਲਾਸਟ ਦਾ ਨੰਬਰ। ਕਿੱਥੋਂ ਦਾ ਨੰਬਰ? ਫਿਰੋਜ਼ਪੁਰ ਏਰੀਏ ਦਾ। 505? ਹਾਂਜੀ ਠੀਕ ਆ। ਤੇ ਕੀ ਮੁੱਲ ਕਿੱਥੋਂ ਤੱਕ? ਮੁੱਲ ਆਪਾਂ 1-25 ਦਾ ਆਣਾ ਹੀ ਦੇਣਾ ਵਾ, 1.25 ਲੱਖ, 1.25 ਲੱਖ ਦਾ। ਕੰਡੀਸ਼ਨ ਚੰਗੀ ਆ? ਕੰਡੀਸ਼ਨ ਬਹੁਤ ਸਾਫ ਸੀ ਉਹਦੀ, ਆਖਣਾ ਵੀਡੀਓ ਪਾ ਲਾ ਮਗਲੇ ਡਾਰਾ, 5 ਨਵੇਂ ਪਵਾਤੇ ਇਹਨੂੰ ਲੋ ਅੱਜ ਹੀ। ਫੋਟੋਆਂ ਵੀਡੀਓ ਚਲਾ ਵੀ ਦੇਵਾਂਗੇ, ਵੀਡੀਓ ਵੀ ਉਹਦੇ ਵਿੱਚ ਚਲਾ ਦਾਂਗੇ ਜੇ ਹੋ ਸਕਿਆ। ਠੀਕ ਆ ਜੀ। ਤੇ ਇਹ ਨਾਗਨੇ ਇੱਕ ਛੋਟਾ ਹਾਥੀ ਵਿਕਾਊ ਆ, ਉਹ ਤੁਸੀਂ ਕੰਟੈਕਟ ਕਰ ਲਿਓ ਜਿਹੜੇ ਵੀਰ ਨੇ ਖਰੀਦਣਾ ਜਾਂ ਚਾਹਵਾਨ ਹੋ ਤੁਸੀਂ। ਤੇ ਹੈਪੀ ਇੱਕ ਨੰਬਰ ਬੋਲ ਦਈਏ ਵੀਰ ਆਪਣੇ? ਨੰਬਰ ਵੀਰ ਜੀ ਆਪਣਾ 84 43 73 75 94 56 33 237। ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਲਓ ਦੋਸਤੋ, ਇਹ ਨੰਬਰ ਆ ਬਿਲਕੁਲ ਸਕਰੀਨ ਤੇ ਲੱਗਾ ਹੈ, ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੀ ਗੱਲਬਾਤ ਕਰ ਲਿਓ। ਠੀਕ ਹੈ ਜੀ। ਤੇ ਇਹ ਅੱਜ ਨਾਗ ਸੀਗੇ 4, ਇੱਕ ਝੋਟੀ ਦਿਖਾਈ ਆ ਗੱਭਣ ਤਿਆਰੀ ਵਾਲੀ ਆ, ਤੇ 3 ਵਹਿੜਾਂ ਜਿਹੜੀਆਂ ਬਿਲਕੁਲ ਦੁੱਧ ਉੱਤੇ ਚੱਲਣ ਡਈਆਂ ਨੇ। ਠੀਕ ਹੈ ਜੀ। ਇੱਕ ਤੋਕੜ ਗੱਭਣ ਨਾਗ ਦਿਖਾਤਾ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।